4 लाख रुपया तुसी इन्हां ते ला दिता, की मजबूरी बन गई भी हुण आश्रम विच रहना पै रिहा जी? मजबूरी सीधा हिसाब आ जी, पैसे खत्म हो गए जी, सारा साथ छड दिता जी। नाल तुहाडी वाइफ सी ते इक बच्चा सी, उन्हां ने तुहानूं छड दिता क्योंकि भई तुहाडा सारे पैसे इलाज ते लग गए ते इस करके छड दिता? मेरे जी बच्चे सी चार, चारे खत्म हो गए, घरों भी खत्म हो गई, मैं कल्ले कल्ले रह गया। ਜਿਹੜੇ ਲੜਕੇ ਦਾ ਤੁਸੀਂ ਵਿਆਹ ਕੀਤਾ ਸੀ ਉਹਦੀ ਬਹੂ ਜਿਹੜੀ ਆ ਉਹ ਤੁਹਾਡੇ ਨਾਲ ਮਿਲਦੀ ਵਰਤਦੀ ਜਾਂ ਨਹੀਂ? ਹੁਣ ਹੁਣ ਨਹੀਂ ਮਿਲਦੀ। ਇਹਨਾਂ ਨੂੰ 10-12 ਸਾਲ ਬੰਧੂਆ ਮਜ਼ਦੂਰ ਬਣਾਇਆ, ਮਜ਼ਦੂਰੀ ਦਾ 1 ਰੁਪਈਆ ਨਹੀਂ ਦਿੱਤਾ ਅਤੇ ਉਲਟਾ ਇਹਨਾਂ ਦੇ ਸਿਰ ਵਿੱਚ ਸੱਟ ਮਾਰ ਦਿੱਤੀ, ਜਿਸ ਕਰਕੇ ਇਹਨਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਸੜਕਾਂ 'ਤੇ ਛੱਡ ਦਿੱਤਾ। ਅੱਜ ਵੀ ਯਾਦ ਕਰਦੇ ਹੋਵੋਗੇ ਆਪਣੀ ਵਾਈਫ ਨੂੰ? ਜੀ ਬਿਲਕੁਲ, ਹਰ ਟਾਈਮ ਯਾਦ ਰੱਖੀਦਾ ਜੀ। ਇਹ ਵੀ ਆਪਣੀ ਜ਼ਿੰਦਗੀ ਭੋਗਣ ਲੱਗੇ ਹੋ ਆ, ਜੇ ਇਹਨਾਂ ਦਾ ਕੋਈ ਹੋਰ ਸਹਾਰਾ ਨਹੀਂ ਤਾਂ ਇੱਦਾਂ ਦੇ ਬਿਰਧ ਆਸ਼ਰਮ ਹੀ ਇਹਨਾਂ ਦਾ ਸਹਾਰਾ ਬਣਦੇ ਆ। ਬਜ਼ੁਰਗਾਂ ਵੱਲਾਂ ਦੇਖ ਕੇ ਅੱਜ ਮਨ ਭਰ ਆਇਆ ਅਤੇ ਸਾਨੂੰ ਸੋਚਣਾ ਚਾਹੀਦਾ ਵੀ ਇਹ ਵੀ ਬਜ਼ੁਰਗ ਜਿਹੜੇ ਆ ਪਿਆਰ ਦੇ ਭੁੱਖੇ ਆ, ਸਾਡਾ ਕੁਛ ਨਹੀਂ ਜਾਂਦਾ ਜੇ ਆਪਾਂ ਇਹਨਾਂ ਨੂੰ 2 ਵਕਤ ਵਧੀਆ ਤਰੀਕੇ ਨਾਲ ਬੋਲ ਸਕੀਏ, ਪਿਆਰ ਦੇ ਸਕੀਏ। ਪੰਜਾਬੀ ਸਟੂਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੂੰ ਭਾਟਾ ਸਵਾਗਤ ਕਰਦਾ ਹਾਂ। ਜਿਵੇਂ ਕਿ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਇਸ ਪੰਕਤੀ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਂ ਬਾਪ ਅਤੇ ਬਜ਼ੁਰਗਾਂ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ। ਪਰ ਮੇਰੇ ਪਿੱਛੇ ਦੀ ਤਸਵੀਰ ਦੇਖ ਕੇ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਅੱਜ ਅਸੀਂ ਕਿੱਥੇ ਆਏ ਹਾਂ। ਅੱਜ ਅਸੀਂ ਆਏ ਹਾਂ ਜਿਹੜੀ ਬਿਰਧ ਆਸ਼ਰਮ ਟੁੱਟੋ ਮਜ਼ਾਰਾ, ਅਤੇ ਗੱਲ ਕਰਾਂਗੇ ਉਹਨਾਂ ਸਾਰੇ ਕਾਰਨਾਂ ਮੁੱਦਿਆਂ ਅਤੇ ਕਿ ਕਿਉਂ ਦਿਨ ਪਰ ਦਿਨ ਪੰਜਾਬ ਵਿੱਚ ਇਹਨਾਂ ਬਿਰਧ ਆਸ਼ਰਮਾਂ ਦੀ ਤਾਦਾਦ ਵੱਧ ਰਹੀ ਹੈ, ਅਤੇ ਅਜੋਕੇ ਸਮੇਂ ਵਿੱਚ ਅਸੀਂ ਕਿਉਂ ਆਪਣੇ ਬਜ਼ੁਰਗਾਂ ਨੂੰ ਆਪਣੇ 'ਤੇ ਬੋਝ ਸਮਝ ਰਹੇ ਹਾਂ। ਅੰਦਰ ਜਾ ਕੇ ਗੱਲ ਕਰਾਂਗੇ ਆਪਾਂ ਉਹਨਾਂ ਸਾਰੇ ਬਜ਼ੁਰਗਾਂ ਦਾ ਅਤੇ ਇਸ ਸੰਸਥਾ ਨੂੰ ਚਲਾਉਣ ਵਾਲੇ ਕਰਿੰਦਿਆਂ ਦਾ, ਵੀ ਉਹਨਾਂ ਨੂੰ ਕਿਹੜੇ ਕਿਹੜੇ ਕਾਰਨਾਂ ਕਰਕੇ ਇਹਨਾਂ ਬਿਰਧ ਆਸ਼ਰਮਾਂ ਦੀ ਤਾਦਾਦ ਵੱਧ ਰਹੀ ਹੈ। ਆਓ ਚੱਲੀਏ, ਆਓ ਮਿਲਾਉਂਦੇ ਹਾਂ ਤੁਹਾਨੂੰ ਇਸ ਸੰਸਥਾ ਦੇ ਓਨਰ ਡਾਕਟਰ ਵਰਿੰਦਰ ਗਰਗ ਜੀ ਨਾਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਬਹੁਤ ਸ਼ਲਾਘਾਯੋਗ ਆ ਕਿਉਂਕਿ ਅੱਜ ਕੱਲ੍ਹ ਅਜੋਕੀ ਪੀੜ੍ਹੀ ਹੈ ਜਿਹੜੀ ਹੈ ਬਜ਼ੁਰਗਾਂ ਦਾ ਮਾਣ ਸਨਮਾਨ ਬਹੁਤ ਘੱਟ ਕਰ ਰਹੀ ਆ। ਤੁਸੀਂ ਪਲੀਜ਼ ਛੋਟਾ ਜਿਹਾ ਸੰਖੇਪ ਇਹ ਦੱਸਿਓ ਵੀ ਕਿਹੜੇ ਕਾਰਨਾਂ ਕਰਕੇ ਜਿਹੜੇ ਬਜ਼ੁਰਗ ਆ ਇੱਦਾਂ ਬਿਰਧ ਆਸ਼ਰਮਾਂ ਵਿੱਚ ਆਉਂਦੇ ਆ ਜੀ? ਇਹ ਲੋਕ ਜੀ ਅਨਾਥ ਹੈ, ਅਸੀਂ ਰੋਡ ਤੋਂ ਲੈ ਕੇ ਆਉਂਦੇ ਹਾਂ, ਅਪਾਹਜ ਲੋਕਾਂ ਦਾ ਅਸੀਂ ਇੱਥੇ ਆ ਕੇ ਇਲਾਜ ਕਰਦੇ, ਫਰੀ ਆਫ ਕੋਸਟ ਖਾਣਾ ਦਾਣਾ ਇਹਨਾਂ ਨੂੰ ਸਭ ਕੁਝ ਦੇਈਦਾ। ਜਦੋਂ ਉਹ ਠੀਕ ਠੂਕ ਹੋ ਜਾਂਦੇ ਆਪਣੇ ਘਰ ਵੀ ਜਾ ਸਕਦੇ ਆ, ਅਤੇ ਅਸੀਂ ਇਲਾਜ ਇਹਨਾਂ ਦਾ ਇੱਥੇ ਕਰਦੇ ਹਾਂ, ਰੋਟੀ ਪਾਣੀ ਕੱਪੜਾ ਲੀੜਾ ਸਭ ਕੁਛ ਇਹਨਾਂ ਨੂੰ ਦਿੰਦੇ ਹਾਂ। ਕਿਸੇ ਤੋਂ ਵੀ ਅਸੀਂ 1 ਰੁਪਈਆ ਨਹੀਂ ਲੈਂਦੇ, ਨਾ ਪਬਲਿਕ ਤੋਂ ਲੈਂਦੇ ਹਾਂ ਨਾ ਇਹਨਾਂ ਤੋਂ ਲੈਂਦੇ ਹਾਂ, ਆਪਣੇ ਕੋਲੋਂ ਸਾਰਾ ਸੰਸਥਾ ਚਲਾਉਂਦੇ ਹਾਂ। ਦਰਸ਼ਕੋ ਇੱਥੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਡਾਕਟਰ ਸਾਹਿਬ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲੈਂਦੇ, ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਇਹ ਸੰਸਥਾ ਚਲਾਉਂਦੇ ਆ। ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜੇ ਇਹ ਬਜ਼ੁਰਗ ਆ ਤੁਹਾਡੇ ਕੋਲ ਕਿੰਨੇ ਸਮੇਂ ਤੋਂ, ਅਤੇ ਇਹ ਜਿਹੜਾ ਆਸ਼ਰਮ ਆ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਚੱਲਦੇ ਨੂੰ? ਆਸ਼ਰਮ ਨੂੰ 5 ਸਾਲ ਹੋ ਗਏ ਚੱਲਦੇ ਹਾਂ ਜੀ, ਅਤੇ ਜਿਹੜੇ ਬਜ਼ੁਰਗ ਆ ਕੋਈ ਆ ਜਾਂਦਾ ਕੋਈ ਚੱਲ ਜਾਂਦਾ, ਕਈਆਂ ਨੂੰ ਤਾਂ 3-3, 4-4 ਸਾਲ ਹੋ ਗਏ, ਕਈ ਥੋੜ੍ਹੇ ਮਹੀਨੇ ਹੋਏ ਆ, ਜਿੱਦਾਂ ਜਿੱਦਾਂ ਠੀਕ ਹੋ ਜਾਂਦੇ ਆਪਣੇ ਆਪ ਆਪਣੀ ਮਰਜ਼ੀ ਨਾਲ ਜਾ ਵੀ ਸਕਦੇ ਆ ਅਤੇ ਆ ਵੀ ਸਕਦੇ। ਇਸ ਟਾਈਮ ਡਾਕਟਰ ਸਾਹਿਬ ਤੁਹਾਡੇ ਇੱਥੇ ਕਿੰਨੇ ਬਜ਼ੁਰਗ ਆ? 10 ਕੁ ਹੈਗੇ ਜੀ ਇਸ ਟਾਈਮ ਸਾਡੇ ਕੋਲ, ਜਿਹੜੇ ਅਪਾਹਜ ਆ ਲਵਾਰਸ ਹੈ। ਠੀਕ ਆ ਜੀ, ਅਪਾਹਜ ਜਿਹੜੇ ਲਵਾਰਸ ਆ ਜਿਨ੍ਹਾਂ ਦਾ ਤੁਸੀਂ ਇਲਾਜ ਵੀ ਫਰੀ ਕਰਦੇ ਇੱਥੇ? ਸਰ ਫਰੀ ਆਫ ਕੋਸਟ ਇਲਾਜ ਹੁੰਦਾ, ਅਸੀਂ ਖੁਦ ਕਰਦਾ ਮੈਂ, ਅਤੇ ਕੋਈ ਪੈਸਾ ਨਹੀਂ ਕਿਸੇ ਤੋਂ ਚਾਰਜ ਕਰਦੇ ਅਸੀਂ। ਹਾਂਜੀ ਡਾਕਟਰ ਸਾਹਿਬ, ਇੱਕ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਇਹ ਜਿਹੜਾ JD ਅਨਾਥ ਆਸ਼ਰਮ ਦਾ ਨਾਮ ਕਿੱਦਾਂ ਤੁਸੀਂ ਸਿਲੈਕਟ ਕੀਤਾ? ਇਹ ਮੇਰਾ ਇੱਥੇ ਪਹਿਲਾਂ ਹੋਸਪਿਟਲ ਹੁੰਦਾ ਸੀ, ਇਹ ਮੇਰੇ ਮੰਮੀ ਡੈਡੀ ਦਾ ਨਾਂ ਆ, ਇਸ ਕਰਕੇ ਅਸੀਂ ਦੁਬਾਰਾ ਇੱਧਰ ਬੱਚਿਆਂ ਨੇ ਵਿਚਾਰ ਬਣਾਇਆ ਵੀ ਆਪਾਂ ਇਹਨੂੰ ਬਿਰਧ ਆਸ਼ਰਮ ਬਣਾ ਰਹੇ, ਲੋਕਾਂ ਦੀ ਸੇਵਾ ਕਰਨੀ ਆ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ 'ਚੋਂ ਟਾਈਮ ਕੱਢ ਕੇ ਦਿੱਤਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪੰਜਾਬ ਸਟੂਡੀਓ ਤੋਂ ਸਾਡੇ ਕੋਲ ਚੱਲ ਕੇ ਆਏ ਹਾਂ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਕੰਮ ਵਧੀਆ 'ਚ ਕੰਮ ਕਰਦੇ ਹਾਂ, ਕਵਰਿੰਗ ਕਰ ਰਹੇ ਹਾਂ। ਦਰਸ਼ਕੋ ਆਓ ਚੱਲਦੇ ਹਾਂ ਬਜ਼ੁਰਗਾਂ ਨਾਲ ਗੱਲਬਾਤ ਕਰਨ। ਬਾਈ ਜੀ ਤੁਹਾਡਾ ਕੀ ਨਾਮ ਆ ਜੀ? ਮੇਰੇ ਨਾਮ ਰਾਜੀਵ ਕੁਮਾਰ ਹੈ ਜੀ। ਕਿਹੜਾ ਪਿੰਡ ਜੀ ਆਪਣਾ? ਮੁੱਖਣੀਆਣਾ ਜੀ। ਬਾਈ ਜੀ ਮੈਂ ਦੇਖਿਆ ਤੁਹਾਡੇ ਪੈਰਾਂ 'ਤੇ ਪੱਟੀਆਂ ਬੰਨੀਆਂ, ਵੀ ਇਹ ਕੀ ਪ੍ਰੋਬਲਮ ਹੋ ਗਈ ਤੁਹਾਨੂੰ?
ਇਹ ਮੇਰੇ ਪੈਰ ਥੋੜ੍ਹੇ ਚਿਰ ਪਹਿਲਾਂ ਟਾਈਮ ਖਰਾਬ ਹੋ ਗਏ ਸੀਗੇ, ਸੋਜ ਆਈ ਸੀ ਪੈਰਾਂ ਨੂੰ, ਉਹ ਤੋਂ ਆਪਰੇਸ਼ਨ ਹੋਇਆ ਪੈਰਾਂ ਦਾ ਜੀ। ਇਹ ਆਪਰੇਸ਼ਨ ਕਿੱਥੋਂ ਕਰਾਇਆ ਤੁਸੀਂ ਜੀ? ਇਹ ਹੁਸ਼ਿਆਰਪੁਰ ਸ਼ਿਵਮ ਹੋਸਪਿਟਲ ਤੋਂ। ਇਹ ਹੁਣ ਤੱਕ ਤੁਸੀਂ ਕਿੰਨਾ ਖਰਚਾ ਕਰ ਚੁੱਕੇ ਇਹਨਾਂ ਪੈਰਾਂ ਦੇ ਉੱਤੇ? ਜੀ ਮੇਰਾ ਲਗਭਗ 4 ਲੱਖ ਰੁਪਈਆ ਆ ਗਿਆ ਖਰਚਾ ਜੀ। 4 ਲੱਖ ਰੁਪਇਆ ਤੁਸੀਂ ਇਹਨਾਂ 'ਤੇ ਲਾ ਦਿੱਤਾ, ਕੀ ਮਜਬੂਰੀ ਬਣ ਗਈ ਵੀ ਹੁਣ ਆਸ਼ਰਮ ਵਿੱਚ ਰਹਿਣਾ ਪੈ ਰਿਹਾ? ਜੀ ਮਜਬੂਰੀ ਸਿੱਧਾ ਹਿਸਾਬ ਆ ਜੀ, ਪੈਸੇ ਖਤਮ ਹੋ ਗਏ ਜੀ, ਸਾਰਿਆਂ ਨੇ ਸਾਥ ਛੱਡ ਦਿੱਤਾ ਜੀ ਨਾਲ। ਤੁਸੀਂ ਦੱਸਿਆ ਵੀ ਸਾਰਿਆਂ ਨੇ ਸਾਥ ਛੱਡ ਦਿੱਤਾ, ਸਾਰਿਆਂ ਤੋਂ ਕੀ ਮਤਲਬ? ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਸੀ ਥੋੜ੍ਹਾ ਜਿਹਾ ਦੱਸ ਸਕਦੇ ਹੋ ਸਾਨੂੰ? ਜੀ ਮੇਰੇ ਭੈਣ ਭਰਾ ਸੀਗੇ, ਮੇਰੀ ਵਾਈਫ ਸੀਗੀ, ਬੱਚਾ ਸੀ ਮੇਰਾ। ਤੁਹਾਡੀ ਵਾਈਫ ਸੀ ਅਤੇ ਇੱਕ ਬੱਚਾ ਸੀ, ਉਹਨਾਂ ਨੇ ਤੁਹਾਨੂੰ ਛੱਡ ਦਿੱਤਾ ਇਸ ਕਰਕੇ ਤਾਂ ਕਿਉਂਕਿ ਵੀ ਤੁਹਾਡਾ ਸਾਰੇ ਪੈਸੇ ਇਲਾਜ 'ਤੇ ਲੱਗ ਗਏ ਅਤੇ ਇਸ ਕਰਕੇ ਛੱਡ ਦਿੱਤਾ ਉਹਨਾਂ ਨੇ ਤੁਹਾਨੂੰ? ਜਿੱਦਾਂ ਬਾਈ ਜੀ ਤੁਸੀਂ ਸਾਨੂੰ ਦੱਸਿਆ ਤੁਹਾਡਾ ਬੱਚਾ ਆ, ਤੁਹਾਡੀ ਵਾਈਫ ਆ, ਕਿਉਂਕਿ ਹਰੇਕ ਇਨਸਾਨ ਦਾ ਦਿਲ ਕਰਦਾ ਹੁੰਦਾ ਆਪਣੀ ਫੈਮਿਲੀ ਵਿੱਚ ਰਹੇ, ਤੁਹਾਡਾ ਮਨ ਕਰਦਾ ਵੀ ਆਪਣੀ ਫੈਮਿਲੀ ਨੂੰ ਮਿਸ ਕਰਦੇ ਹੋ ਤੁਸੀਂ? ਜੀ ਬਿਲਕੁਲ ਮਿਸ ਕਰਦਾ ਹੂੰ, ਬਿਲਕੁਲ ਮਿਸ ਕਰਦਾ। ਕਿੰਨਾ ਚਿਰ ਹੋ ਗਿਆ ਬਾਈ ਜੀ ਤੁਹਾਨੂੰ ਇਸ ਆਸ਼ਰਮ ਵਿੱਚ ਆਇਆਂ ਨੂੰ? ਮੈਨੂੰ 3 ਮਹੀਨੇ ਹੋ ਗਏ ਜੀ। 3 ਮਹੀਨੇ ਤੋਂ ਤੁਹਾਡੇ ਟੱਬਰ ਨੇ ਤੁਹਾਡੀ ਕੋਈ ਸਾਰ ਨਹੀਂ ਲਈ? ਨਹੀਂ ਜੀ ਕੋਈ ਸਾਰ ਨਹੀਂ ਲਈ ਜੀ। ਕਦੀ ਤੁਹਾਡੀ ਵਾਈਫ ਦਾ ਕੋਈ ਸੁੱਖ ਸੁਨੇਹਾ ਜਾਂ ਤੁਹਾਡੇ ਬੱਚੇ ਦਾ ਕੋਈ ਸੁੱਖ ਸੁਨੇਹਾ? ਨਹੀਂ ਜੀ ਕੋਈ ਸੁੱਖ ਸੁਨੇਹਾ ਨਹੀਂ। ਤੁਹਾਡੇ ਬੱਚੇ ਦੀ ਕਿੰਨੀ ਕੁ ਉਮਰ ਸੀ ਜੀ? 6 ਸਾਲ ਦੀ ਹੈ ਜੀ। ਜਦੋਂ ਯਾਦ ਕਰਦੇ ਹੋ ਆਪਣੇ ਬੱਚੇ ਨੂੰ ਕਿੱਦਾਂ ਦਾ ਮਹਿਸੂਸ ਕਰਦੇ ਆ? ਵੀ ਕਦੀ ਸੋਚਿਆ ਨਹੀਂ ਵੀ ਉਹਨੂੰ ਮਿਲੋਂਗੇ ਤੁਸੀਂ? ਕਦੀ ਫੋਨ ਨਹੀਂ ਲਾਇਆ? ਨਹੀਂ ਫੋਨ ਮੈਂ ਨਹੀਂ ਲਾਇਆ ਕਦੀ ਵੀ ਫੋਨ, ਨਾ ਉਹਨਾਂ ਨੇ ਕਦੀ ਕੋਈ ਕੀਤਾ ਮੈਨੂੰ ਗੱਲਬਾਤ, ਕੋਈ ਫੋਨ ਨਹੀਂ ਕੀਤਾ ਮੈਨੂੰ। ਕਿੰਨੀ ਦੁੱਖ ਦੀ ਗੱਲ ਹੈ ਕਿ ਬਾਈ ਦੇ ਪੈਰ ਖਰਾਬ ਹੋ ਗਏ ਅਤੇ ਸਾਰਾ ਪਰਿਵਾਰ ਸਾਥ ਛੱਡ ਗਿਆ, ਤਾਂ ਇਹ ਸਿਰਫ ਇਸ ਕਰਕੇ ਹੋਇਆ ਵੀ ਆਪਾਂ ਆਪਣੇ ਬਜ਼ੁਰਗਾਂ ਦਾ ਮਾਣ ਸਤਿਕਾਰ ਨਹੀਂ ਕਰਦੇ ਹੈਗੇ। ਇਹ ਬਾਈ ਵਿਚਾਰਾ ਤੜਫਦਾ ਆਪਣੀ ਵਾਈਫ ਬਗੈਰ, ਆਪਣੇ ਬੱਚੇ ਬਗੈਰ। ਬਾਈ ਜੀ ਜਿੱਦਾਂ ਹਰੇਕ ਟਾਈਮ ਦੇ ਉੱਤੇ ਕਿਤੇ ਨਾ ਕਿਤੇ ਜੀਵਨ ਸਾਥੀ ਦੀ ਘਾਟ ਮਹਿਸੂਸ ਹੁੰਦੀ ਆ, ਅੱਜ ਵੀ ਯਾਦ ਕਰਦੇ ਹੋਵੋਗੇ ਆਪਣੀ ਵਾਈਫ ਨੂੰ? ਜੀ ਬਿਲਕੁਲ ਹਰ ਟਾਈਮ ਯਾਦ ਰੱਖੀਦਾ ਜੀ। ਜਦੋਂ ਦੇ ਇਸ ਸੰਸਥਾ ਵਿੱਚ ਆਏ ਹਾਂ ਤੁਹਾਡਾ ਜਿਹੜਾ ਇਲਾਜ ਆ ਇਹ ਡਾਕਟਰ ਗਰਗ ਸਾਹਿਬ ਫ੍ਰੀ ਕਰਦੇ ਆ ਹੁਣ? ਬਿਲਕੁਲ ਇਲਾਜ ਫ੍ਰੀ ਆ, ਰੋਟੀ ਪਾਣੀ ਸਭ ਕੁਝ ਫ੍ਰੀ ਆ ਸਾਡਾ ਜੀ। ਕੋਈ ਇੱਥੇ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਜਦੋਂ ਦੇ ਇਸ ਆਸ਼ਰਮ ਵਿੱਚ ਆਏ ਹੋ? ਨਹੀਂ ਜੀ ਅਸੀਂ ਅੱਗੇ ਨਾਲੋਂ ਸਗੋਂ ਵਧੀਆ ਇੱਥੇ ਆ ਗਿਆ ਜੀ, ਤੁਰਨ ਫਿਰਨ ਲੱਗ ਪਏ ਹਾਂ ਅਤੇ ਸਾਡਾ ਜਿਸਮ ਵੀ ਠੀਕ ਹੈ। ਤੁਹਾਡਾ ਡਾਕਟਰ ਸਾਹਿਬ ਨੇ ਦੱਸਿਆ ਸੀ ਵੀ ਬਿਲਕੁਲ ਇਲਾਜ ਫ੍ਰੀ ਆ, ਜਾਣੀ ਕਿ ਹੁਣ ਅੱਗੇ ਨਾਲੋਂ ਤੁਹਾਨੂੰ ਕਾਫੀ ਫਰਕ ਲੱਗ ਰਿਹਾ ਆਪਣੇ ਪੈਰਾਂ? ਜੀ ਬਿਲਕੁਲ, ਅੱਗੇ ਵੀ ਤਾਂ ਤੁਰ ਫਿਰ ਨਹੀਂ ਹੁੰਦਾ, ਹੁਣ ਮੈਂ ਤੁਰਦਾ ਫਿਰਦਾ ਹਾਂ, ਥੋੜ੍ਹਾ ਬਹੁਤਾ ਕੰਮ ਵੀ ਕਰ ਲਈਦਾ। ਹਾਂਜੀ ਆਓ ਮਿਲਾਉਂਦੇ ਹਾਂ ਇੱਕ ਹੋਰ ਬਜ਼ੁਰਗ ਦੇ ਨਾਲ। ਕੀ ਨਾਮ ਜੀ ਆਪਣਾ? ਮੋਹਨ ਲਾਲ ਜੀ। ਕਿਹੜਾ ਪਿੰਡ ਬਜ਼ੁਰਗ ਹੋ? ਪਰਸੋਵਾਲ। ਬਾਬੂ ਜੀ ਕੀ ਕਾਰਨ ਬਣ ਗਿਆ ਵੀ ਇੱਥੇ ਆਸ਼ਰਮ ਵਿੱਚ ਰਹਿਣਾ ਪਵੇ, ਕਿਉਂਕਿ ਇਸ ਉਮਰ ਵਿੱਚ ਹਰ ਕੋਈ ਬਜ਼ੁਰਗ ਚਾਹੁੰਦਾ ਵੀ ਆਪਣੇ ਟੱਬਰ ਵਿੱਚ ਰਹੇ, ਆਪਣੇ ਪਰਿਵਾਰ ਵਿੱਚ ਰਹੇ, ਕਿਹੜੇ ਕਾਰਨ ਬਣ ਗਿਆ ਵੀ ਤੁਹਾਨੂੰ ਅੱਜ ਇੱਥੇ ਰਹਿਣਾ ਪੈ ਰਿਹਾ? ਮੇਰੇ ਜੀ ਬੱਚੇ ਸੀ ਚਾਰ, ਚਾਰੇ ਖਤਮ ਹੋ ਗਏ, ਘਰੋਂ ਵੀ ਖਤਮ ਹੋ ਗਈ, ਮੈਂ ਇਕੱਲੇ ਦਾ ਇਕੱਲੇ ਹੀ ਰਹਿ ਗਿਆ। 4 ਬੱਚੇ ਖਤਮ ਹੋ ਗਏ ਤਾਂ ਤੁਹਾਡਾ ਜੀਵਨ ਸਾਥੀ ਵੀ ਖਤਮ ਹੋ ਗਿਆ। ਇਹ 4 ਬੱਚਿਆਂ ਵਿੱਚ ਮੁੰਡੇ ਕਿੰਨੇ ਤੇ ਸਨ ਅਤੇ ਕੁੜੀਆਂ ਕਿੰਨੀਆਂ ਸਨ? 2 ਗੁੱਡੀਆਂ ਸੀ, 2 ਮੁੰਡੇ ਸੀ। ਉਹਨਾਂ ਬੱਚਿਆਂ ਦਾ ਤੁਸੀਂ ਆਪਣੇ ਹੱਥੀਂ ਵਿਆਹ ਕੀਤਾ ਜਾਂ ਛੋਟੀ ਉਮਰੇ? ਲੜਕੇ ਦਾ ਕੀਤਾ ਸੀ, ਬਾਕੀ ਛੋਟੀ ਉਮਰੇ ਮਰ ਗਏ ਸੀ। ਜਿਹੜੇ ਲੜਕੇ ਦਾ ਤੁਸੀਂ ਵਿਆਹ ਕੀਤਾ ਸੀ ਉਹਦੀ ਬਹੂ ਜਿਹੜੀ ਆ ਉਹ ਤੁਹਾਡੇ ਨਾਲ ਮਿਲਦੀ ਵਰਤਦੀ ਜਾਂ ਨਹੀਂ? ਹੁਣ ਨਹੀਂ, ਹੁਣ ਨਹੀਂ ਮਿਲਦੀ। ਤੁਹਾਡੇ ਪੋਤਾ ਪੋਤੀ ਕੋਈ ਹੈਗਾ ਜੀ? ਨਹੀਂ ਜੀ ਨਹੀਂ, 1.5 ਸਾਲ ਵਿਆਹ ਨੂੰ ਹੋਇਆ ਜੀ ਸਾਰਾ। 1.5 ਸਾਲ ਤੋਂ ਬਾਅਦ ਤੁਹਾਡਾ ਲੜਕਾ ਪੂਰਾ ਹੋ ਗਿਆ ਅਤੇ ਤੁਹਾਨੂੰ ਇੱਥੇ ਰਹਿਣਾ ਪੈ ਰਿਹਾ। ਚਲੋ ਬਾਕੀ ਸਾਰੇ ਵੀ ਤੁਹਾਡੇ ਵਰਗੇ ਹੀ ਆ, ਕਿਸ ਕਿਸ ਹੌਸਲੇ ਦੇ ਨਾਲ ਇੱਥੇ ਰਹਿੰਦੇ ਆ? ਕਿੱਦਾਂ ਆਪਣਾ ਕਿੱਦਾਂ ਦਿਨ ਟਾਈਮ ਕਿੱਦਾਂ ਕੱਟਦੇ ਆ ਤੁਸੀਂ? ਟਾਈਮ ਪਾਸ ਤਾਂ ਜੀ ਕਰਨਾ ਹੀ ਪੈਂਦਾ, ਹੋਰ ਗੱਲ ਤਾਂ ਕੋਈ ਨਹੀਂ, ਕੋਈ ਚੀਜ਼ ਦੀ ਕੋਈ ਤੰਗੀ ਤਾਂ ਹੈ ਨਹੀਂ ਸਾਨੂੰ, ਸਭ ਕੁਝ ਖਾਣ ਪੀਣ ਨੂੰ ਮਿਲਦਾ ਜੀ ਇੱਥੇ। ਕਿਤੇ ਨਾ ਕਿਤੇ ਉਹ ਰੱਬ 'ਤੇ ਸ਼ਿਕਵਾ ਆਉਂਦਾ ਬਈ ਰੱਬਾ ਆਹ ਕੀ ਕਰ ਦਿੱਤਾ? ਕੀ ਪਤਾ ਜੀ, ਕੋਈ ਪਿਛਲੇ ਕਰਮ ਮਾੜੇ ਕਿ ਚੋਜੜੇ ਭੁਗਤ ਰਹੇ ਆ, ਇਹ ਕੋਈ ਪਤਾ ਨਹੀਂ ਜੀ। ਨਹੀਂ ਬਾਪੂ ਜੀ, ਕਰਮ ਤਾਂ ਨਹੀਂ ਕਿਸੇ ਨੇ ਵੀ ਇਨਸਾਨ ਨੇ ਚੰਗੇ ਮਾੜੇ ਕੀਤੇ ਹੁੰਦੇ, ਚਲੋ ਟਾਈਮ ਦੀ ਗੱਲ ਹੁੰਦੀ ਵੀ ਕਦੀ ਟਾਈਮ। ਇਹਨਾਂ ਬਜ਼ੁਰਗਾਂ ਵੱਲਾਂ ਦੇਖ ਕੇ ਅੱਜ ਮਨ ਭਰ ਆਇਆ ਅਤੇ ਸਾਨੂੰ ਸੋਚਣਾ ਚਾਹੀਦਾ ਬਈ ਇਹ ਵੀ ਬਜ਼ੁਰਗ ਜਿਹੜੇ ਆ ਪਿਆਰ ਦੇ ਭੁੱਖੇ ਆ, ਸਾਡਾ ਕੁਛ ਨਹੀਂ ਜਾਂਦਾ ਜੇ ਆਪਾਂ ਇਹਨਾਂ ਨੂੰ 2 ਵਕਤ ਵਧੀਆ ਤਰੀਕੇ ਨਾਲ ਬੋਲ ਸਕੀਏ, ਪਿਆਰ ਦੇ ਸਕੀਏ। ਡਾਕਟਰ ਸਾਹਿਬ ਤੁਹਾਨੂੰ ਆਪਣੇ ਪੁੱਤਾਂ ਵੱਲ ਕੇ ਲੱਗਦੇ ਆ ਜੀ? ਨਹੀਂ ਬਹੁਤ ਵਧੀਆ ਜੀ, ਕੋਈ ਮਾੜੀ ਚੰਗੀ ਨਹੀਂ ਕਹਿੰਦੇ ਸਾਨੂੰ, ਜਿੱਦਾਂ ਵੀ ਆਪਣੇ ਸਾਨੂੰ ਬਜ਼ੁਰਗਾਂ ਨਾਲ ਵੀ ਬਹੁਤ ਸਮਝਦੇ ਉਹ ਡਾਕਟਰ ਸਾਹਿਬ। ਜਿਹੜੇ ਇਸ ਸੰਸਥਾ ਦੇ ਓਨਰ ਡਾਕਟਰ ਵਰਿੰਦਰ ਗਰਗ ਜੀ ਆ, ਉਹਨਾਂ ਨੇ ਇਹਨਾਂ ਸਾਰੇ ਬਜ਼ੁਰਗਾਂ ਨੂੰ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਰੱਖਿਆ ਆ। ਇਹਨਾਂ ਬਜ਼ੁਰਗਾਂ ਦੀਆਂ ਨਾਲ ਗੱਲਬਾਤ ਕਰਕੇ ਇਹ ਪਤਾ ਲੱਗਾ ਵੀ ਇਹਨਾਂ ਨੂੰ ਕੋਈ ਤੰਗੀ ਤੋਸ਼ੀ ਨਹੀਂ ਇੱਥੇ,
ਚਲੋ ਹਰੇਕ ਤਾਂ ਟਾਈਮ ਤਾਂ ਇਹ ਮਾੜਾ ਹੀ ਆ ਕਿਉਂਕਿ ਆਪਣਾ ਘਰ ਬਾਰ ਛੱਡਣਾ ਬਹੁਤ ਦੁੱਖਦਾਈ ਹੁੰਦਾ, ਪਰ ਫਿਰ ਵੀ ਇਹਨਾਂ ਬੇਸਹਾਰਿਆਂ ਲਈ ਇਹ ਜਿਹੜੀ ਆਸ਼ਰਮ ਜਿਹੜਾ ਆ ਇਹ ਸਹਾਰਾ ਬਣ ਗਿਆ ਆ। ਆਓ ਮਿਲਾਉਂਦੇ ਹਾਂ ਇੱਥੇ ਰਹਿ ਰਹੇ ਇੱਕ ਮਾਤਾ ਜੀ ਦੇ ਨਾਲ। ਮਾਤਾ ਜੀ ਤੁਹਾਡਾ ਕੀ ਨਾਮ ਆ ਜੀ? ਕਿਆ ਬੋਲ, ਆਪਕਾ ਕਿਆ ਨਾਮ ਹੈ? ਸਰਸਵਤੀ। ਆਪ ਕਹਾਂ ਸੇ ਆਏ ਹੋ? ਨਾਂਦੇੜ ਇਸ਼ਨੂ ਨਗਰ। ਆਪ ਨਾਂਦੇੜ ਸੇ ਆਏ ਹੈ? नादेड़ तो जहाँ से बहुत दूर है, इधर कैसे आ गए, पंजाब में कैसे आ गए? ऐसा आया, रेलवे से आया, रेलवे बस। आपके आपकी फैमिली में कौन कौन था? कौन नहीं, मैं काम करता था घर में, हमारा मर्द रिक्शा चलाते। आपका मर्द रिक्शा चलाता था, वो कहाँ है, आपका मर्द कहाँ है? मर गए, जे बीच मर गए, 5 साल हुए बाद मैं बर्तन धोता था, इधर आया, काम नहीं रहा। उधर नादेड़ साहिब में काम नहीं रहा, मर्द मर गया, इसलिए आप इधर आ गए। स्टेशन बंद हुआ, फिर बोले कि गाड़ी एक ही है, जाओ जल्दी, हम बोले तो निकले तो इधर आए, वैसा ढूंढते ढूंढते। जहाँ जहाँ पर जेडी वृद्ध आश्रम में आप कितने वर्ष से रह रहे हो? कितने, 4 महीने हुआ इधर आकर। आपको 4 महीने हो गए इधर, आपको कोई तंगी प्रॉब्लम तो नहीं है? नहीं है। खाना पीना अच्छा मिल रहा है? नहीं मिल रहा है। आपके परिवार में कोई और नहीं, आपकी बहन भाई कोई नहीं? कौन नहीं, कौन नहीं, काम करते था ऐसे घर में, वो टीचर लोग आते हैं, अब उन्होंने भी गए। ये साड़ी माता जी नदेड़ साहब तो आए आ, इन्हों की स्टोरी भी बहुत इमोशनल वा। इन्हों का हसबेंड उत्थे रिक्शा चलाउंदा सी, ते कोरोना समय दे विच उन्हां दी डैथ हो गई, उस तो बाद इन्हां नूं किसी दे ने रेल गड्डी बिठा दिता ते इत्थे आ गए, ते साडे डॉक्टर जी ने इन्हां नूं इत्थों ਲਿਆਂਦਾ ਆਪਣੇ ਆਸ਼ਰਮ ਤੇ, ਇਹਨਾਂ ਦੀ ਦੇਖਭਾਲ ਕੀਤੀ। ਆ ਜਿਹੜਾ ਇਨਸਾਨ ਵਾ ਜੀ, ਇਹਨਾਂ ਦਾ ਨਾਂ ਗੁੱਡੂ ਆ, ਇਹ ਇੱਥੇ ਸੜਕਾਂ ਦੇ ਉੱਤੇ ਘੁੰਮਦਾ ਸੀਗਾ, ਦਿਨ ਰਾਤ ਘੁੰਮਦਾ ਸੀ, ਇਹ ਥੋੜ੍ਹਾ ਜਿਹਾ ਮੰਦਬੁੱਧੀ ਆ, ਇਹਨੂੰ ਆਪਣੇ ਟੱਬਰ ਦਾ ਨਹੀਂ ਪਤਾ, ਪਰਿਵਾਰ ਦਾ ਨਹੀਂ ਪਤਾ, ਮਾਂ ਬਾਪ ਦਾ ਨਹੀਂ ਪਤਾ, ਪਰ ਇਹ ਸਹਾਰਾ ਬਣੇ ਡਾਕਟਰ ਸਾਡੇ ਇੱਥੇ ਜਿਹੜੇ JD ਹੋਸਪਿਟਲ ਦੇ ਇੰਚਾਰਜ ਸਾਹਿਬ ਆ ਡਾਕਟਰ ਗਰਗ ਜੀ। ਇਹਨਾਂ ਇਨਸਾਨਾਂ ਵੱਲਾਂ ਦੇਖ ਕੇ ਮਨ ਖਰਾਬ ਹੁੰਦਾ ਵੀ ਇਹ ਵੀ ਆਪਣੀ ਜ਼ਿੰਦਗੀ ਭੋਗਣ ਲੱਗੇ ਹੋ ਆ, ਜੇ ਇਹਨਾਂ ਦਾ ਕੋਈ ਹੋਰ ਸਹਾਰਾ ਨਹੀਂ ਤਾਂ ਇੱਦਾਂ ਦੇ ਬਿਰਧ ਆਸ਼ਰਮ ਹੀ ਇਹਨਾਂ ਦਾ ਸਹਾਰਾ ਬਣਦੇ ਆ। ਬਹੁਤ ਮਨ ਖਰਾਬ ਹੁੰਦਾ ਕਿਉਂਕਿ ਇਹ ਇਨਸਾਨ ਨੂੰ ਮੈਂ ਵੀ ਇੱਥੇ ਕਈ ਵਾਰ ਰੋਡ 'ਤੇ ਘੁੰਮਦਾ ਦੇਖਿਆ, ਇਹਨੂੰ ਇੱਥੇ ਡਾਕਟਰ ਸਾਹਿਬ ਪਿਆਰ ਦੇ ਨਾਲ ਗੁੱਡੂ ਕਹਿੰਦੇ ਆ। ਚਲੋ ਜਿੰਨੇ ਸਵਾਸ ਹੈਗੇ ਆ ਉਹ ਸਾਰੇ ਇਹਨਾਂ ਨੇ ਭੋਗਣੇ ਆ, ਪਰ ਹਾਲ ਦੀ ਘੜੀ ਇਸ ਆਸ਼ਰਮ ਦੇ ਵਿੱਚ ਇਹਨਾਂ ਨੂੰ ਕੋਈ ਵੀ ਇੱਦਾਂ ਦੀ ਤੰਗੀ ਪ੍ਰੋਬਲਮ ਨਹੀਂ ਹੈਗੀ, ਵਧੀਆ ਤਰੀਕੇ ਨਾਲ ਇਹਨਾਂ ਨੂੰ ਰੱਖਿਆ ਜਾਂਦਾ, ਵਧੀਆ ਖਾਣਾ ਪੀਣਾ ਦਿੱਤਾ ਜਾਂਦਾ, ਜਿੰਨੇ ਵੀ ਬਜ਼ੁਰਗ ਆ ਇੱਥੇ ਇੱਕ ਦੂਜੇ ਨਾਲ ਮਿਲ ਵਰਤ ਕੇ ਰਹਿੰਦੇ ਆ, ਪਿਆਰ ਨਾਲ ਰਹਿੰਦੇ ਆ। ਸਮੇਂ ਦੀ ਲੋੜ ਵਾ ਇੱਦਾਂ ਦੀਆਂ ਸੰਸਥਾਵਾਂ ਦੇ ਨਾਲ ਜੁੜਨ ਦੀ, ਤਾਂ ਕਿ ਜਿਹੜੇ ਇੱਦਾਂ ਦੇ ਬੇਸਹਾਰਾ ਸੜਕਾਂ ਕੰਢੇ ਰਾਤ ਨੂੰ ਆਪਣਾ ਗੁਜ਼ਰ ਬਸਰ ਕਰਦੇ ਆ, ਉਹਨਾਂ ਨੂੰ 2 ਟਾਈਮ ਦੀ ਰੋਟੀ ਚੰਗੇ ਤਰੀਕੇ ਨਾਲ ਮਿਲ ਸਕੇ, ਰਾਤ ਲਈ ਛੱਤ ਮਿਲ ਸਕੇ। ਸਾਨੂੰ ਸਾਰਿਆਂ ਨੂੰ ਇੱਕ ਸੁਨੇਹਾ ਆ, ਇਹ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਆ, ਇੱਦਾਂ ਦੀਆਂ ਸੰਸਥਾਵਾਂ ਦੇ ਨਾਲ ਜ਼ਰੂਰ ਜੁੜੋ ਅਤੇ ਆਪਣਾ ਆਪਣੇ ਬਜ਼ੁਰਗਾਂ ਪ੍ਰਤੀ ਫਰਜ਼ ਨਿਭਾਓ। ਇਹ ਜਿਹੜੇ ਸਾਡੇ ਬਾਬਾ ਜੀ ਆ, ਇਹਨਾਂ ਦੇ ਜਲੰਧਰ ਸਾਈਡ ਤੋਂ ਦੱਸਦੇ ਆ ਡਾਕਟਰ ਸਾਹਿਬ, ਅਤੇ ਕਿਸੇ ਇਨਸਾਨ ਨੇ ਮਾੜਾ ਕਰਮ ਕੀਤਾ ਇਹਨਾਂ ਦੇ ਨਾਲ, ਮਾੜਾ ਕਰਮ ਇਹ ਕੀਤਾ ਇਹਨਾਂ ਨੂੰ 10-12 ਸਾਲ ਬੰਧੂਆ ਮਜ਼ਦੂਰ ਬਣਾਇਆ, ਮਜ਼ਦੂਰੀ ਦਾ 1 ਰੁਪਈਆ ਨਹੀਂ ਦਿੱਤਾ ਅਤੇ ਉਲਟਾ ਇਹਨਾਂ ਦੇ ਸਿਰ ਵਿੱਚ ਸੱਟ ਮਾਰ ਦਿੱਤੀ, ਜਿਸ ਕਰਕੇ ਇਹਨਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਸੜਕਾਂ 'ਤੇ ਛੱਡ ਦਿੱਤਾ। ਜਦੋਂ ਡਾਕਟਰ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇੱਥੇ ਲਿਆਂਦਾ ਇਹਨਾਂ ਨੂੰ ਅਤੇ ਇੱਥੇ ਇਲਾਜ ਕਰਾਇਆ। ਹੁਣ ਤਾਂ ਕਾਫੀ ਡਾਕਟਰ ਸਾਹਿਬ ਦੱਸਦੇ ਆ ਵੀ ਇਹ ਕਾਫੀ ਇਹਨਾਂ ਦੇ ਵਿੱਚ ਤਬਦੀਲੀ ਆ, ਅੱਗੇ ਪਹਿਲਾਂ ਇਹ ਦੌੜਦੇ ਭੱਜਦੇ ਹੁੰਦੇ ਸੀ, ਹੁਣ ਸ਼ਾਂਤ ਤਰੀਕੇ ਨਾਲ ਬੈਠੇ ਹੋ ਆ, ਜਿੰਨੇ ਵੀ ਬਜ਼ੁਰਗਾਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਰਹਿੰਦੇ ਆ, ਪਰ ਇੰਨਾ ਜ਼ਰੂਰ ਹੈ ਕੁਛ ਬੋਲਦੇ ਨਹੀਂ ਹੈਗੇ, ਕਿਉਂਕਿ ਕਿਉਂਕਿ ਇਹਨਾਂ ਨੂੰ ਜਿਹੜੀ ਪਰੇਸ਼ਾਨੀ ਦਿਮਾਗੀ ਪਰੇਸ਼ਾਨੀ ਸੱਟ ਤੋਂ ਹੋਈ, ਉਹ ਤੋਂ ਜ਼ਿਆਦਾ ਜੋ ਇਹਨਾਂ ਨੂੰ ਪਰੇਸ਼ਾਨੀ ਇਹ ਸੀ ਵੀ ਇਹਨਾਂ ਦੇ ਨਾਲ 10-12 ਸਾਲ ਇੱਦਾਂ ਦਾ ਬਤੀਰਾ ਕੀਤਾ, ਇਹਨਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਗਿਆ। ਬਹੁਤ ਮਾੜਾ ਕਰਮ ਕੀਤਾ ਉਸ ਇਨਸਾਨ ਨੇ ਅਤੇ ਬਾਅਦ ਵਿੱਚ ਇਹਨਾਂ ਦੀ ਸਾਰਨੀ ਲਈ। ਕਿਸੇ ਵੀ ਇਨਸਾਨ ਨੂੰ ਇੱਦਾਂ ਦਾ ਨਹੀਂ ਚਾਹੀਦਾ, ਕਿਉਂਕਿ ਇਹ ਇਹਨਾਂ ਦੇ ਵਿੱਚ ਵੀ ਸਾਹ ਚੱਲਦੇ ਆ, ਇਹਨਾਂ ਦੇ ਵਿੱਚ ਵੀ ਜਾਨ ਵਾ। ਆਪਾਂ ਆਪਣੇ ਕੁਛ ਕੁ ਪੈਸੇ ਬਚਾਉਣ ਕਰਕੇ ਇਹਨਾਂ ਨੂੰ ਇਹਨਾਂ ਬੇਸਹਾਰਾ ਬਜ਼ੁਰਗਾਂ ਨਾਲ ਤਸ਼ੱਦਦ ਕਰਦੇ ਹਾਂ, ਪਰ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਵੀ ਉਹ ਜਿਹੜਾ ਰੱਬ ਆ ਕਿਤੇ ਨਾ ਕਿਤੇ ਤਾਂ ਉਹ ਮਾਰ ਪਾਉਂਦਾ ਹੀ ਆ। ਆਓ ਗੱਲ ਕਰਦੇ ਹਾਂ ਜੋ ਇੱਥੇ ਆਪਣੀ ਸੇਵਾ ਨਿਭਾ ਰਹੇ ਹਨ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ।
ਤੁਹਾਡਾ ਨਾਮ ਕੀ ਹੈ ਮੈਡਮ ਜੀ? ਮੇਰਾ ਨਾਮ ਤਰਸੇਮ ਕੌਰ ਹੈ। ਇਹ ਕਿੰਨਾ ਚਿਰ ਹੋ ਗਿਆ ਮੈਡਮ ਜੀ ਇਸ ਸੰਸਥਾ ਵਿੱਚ ਤੁਹਾਨੂੰ ਸੇਵਾ ਨਿਭਾ ਰਹੇ ਨੇ? ਮੈਨੂੰ ਸਰ 1 ਸਾਲ ਹੋ ਗਿਆ। ਮੈਡਮ ਜੀ ਇੱਥੇ ਤੁਸੀਂ ਕਿਹੜੀ ਸੇਵਾ ਨਿਭਾ ਰਹੇ ਆ? ਮੈਂ ਸਰ ਇਹਨਾਂ ਦਾ ਖਾਣਾ ਬਣਾਉਂਦੀ ਆ, ਇਹਨਾਂ ਦੀ ਕੇਅਰ ਟੇਕਰ ਆ। ਤੁਸੀਂ ਇੱਥੇ ਕੇਅਰ ਟੇਕ ਕਰਦੇ ਹੋ? ਮੈਡਮ ਜੀ ਤੁਸੀਂ ਕਿੰਨਾ ਟਾਈਮ ਇੱਥੇ ਬਤੀਤ ਕਰਦੇ ਹੋ ਇਸ ਆਸ਼ਰਮ ਵਿੱਚ? ਕਿੰਨੇ ਵਜੇ ਤੁਸੀਂ ਆਪਣੀ ਸੇਵਾ 'ਤੇ ਆਉਂਦੇ ਹੋ? ਸਰ ਜੀ ਮੈਂ ਸਵੇਰੇ ਆ ਜਾਂਦੀ 6:30 ਵਜੇ, ਵੈਸੇ ਮੇਰਾ ਟਾਈਮ ਹੈਗਾ 7 ਵਜੇ ਦਾ, 6:30 ਵਜੇ ਆ ਜਾਂਦੀ। ਮੈਨੂੰ ਬਹੁਤ ਅੱਛਾ ਲੱਗਦਾ, 5 ਵਜੇ ਮੇਰੀ ਛੁੱਟੀ ਹੁੰਦੀ ਆ ਤਾਂ ਮੈਨੂੰ ਬਹੁਤ ਅੱਛਾ ਲੱਗਦਾ, ਬਹੁਤ ਜ਼ਿਆਦਾ ਹੀ ਅੱਛਾ ਲੱਗਦਾ। ਹਾਂਜੀ 1 ਸਾਲ ਹੋ ਗਿਆ, ਬੜੇ ਪਿਆਰ ਨਾਲ ਮਤਲਬ ਸਾਰੇ ਲੋਕ ਰਹਿ ਰਹੇ ਆ ਤਾਂ ਕਦੀ ਕੋਈ ਮਤਲਬ ਇਹਨਾਂ ਦੀ ਸ਼ਿਕਾਇਤ ਨਹੀਂ ਆਈ ਹੈਗੀ। ਤੁਸੀਂ ਮੈਡਮ ਜੀ ਇੱਥੇ ਇਹਨਾਂ ਲਈ ਖਾਣਾ ਤਿਆਰ ਕਰਦੇ ਆ, ਕਿੰਨੇ ਟਾਈਮ ਇੱਥੇ ਮੈਡਮ ਜੀ ਇਹਨਾਂ ਤੁਸੀਂ ਬਜ਼ੁਰਗਾਂ ਨੂੰ ਖਾਣਾ ਦਿੰਦੇ ਹੋ? ਸਰ ਜੀ 3 ਟਾਈਮ, 2 ਟਾਈਮ ਚਾਹ ਅਤੇ 3 ਟਾਈਮ ਖਾਣਾ। ਮੈਡਮ ਜੀ ਜਦੋਂ ਤੁਸੀਂ ਇੱਥੇ ਇਹਨਾਂ ਦੀ ਸੇਵਾ ਕਰਦੇ ਆ ਤਾਂ ਤੁਸੀਂ ਕੀ ਮਹਿਸੂਸ ਕਰਦੇ ਆ? ਤੁਹਾਡੇ ਮਨ ਵਿੱਚ ਕਦੀ ਆਇਆ ਹੋਊਗਾ ਵੀ, ਕਿਉਂਕਿ ਹਰੇਕ ਦੇ ਘਰ ਵਿੱਚ ਬਜ਼ੁਰਗ ਹੁੰਦੇ ਆ, ਕੀ ਤੁਸੀਂ ਸੋਚਦੇ ਆ? ਸਰ ਮੈਂ ਕੁਛ ਨਹੀਂ, ਮੈਂ ਸਿਰਫ ਇਹਨਾਂ ਨੂੰ ਆਪਣੇ ਮਾਂ ਬਾਪ ਭੈਣ ਭਰਾ ਸਮਝ ਕੇ ਮਤਲਬ ਚੱਲਦੀ ਹਾਂ, ਮੇਰੇ ਦਿਲ ਵਿੱਚ ਬਹੁਤ ਰਿਸਪੈਕਟ ਹੈ। ਹਾਂਜੀ ਜਿੱਦਾਂ ਮੈਡਮ ਜੀ ਕੋਈ ਇੱਥੇ ਤੁਹਾਨੂੰ 1 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ, ਕਦੀ ਕੋਈ ਇਹਨਾਂ ਵੱਲੋਂ ਪ੍ਰੋਬਲਮ ਜਾਂ ਕੋਈ ਮੈਨੇਜਮੈਂਟ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਆਈ ਜੀ ਕਿਸੇ ਤਰੀਕੇ ਦੀ, ਜਾਂ ਬਾਹਰ ਜਿਹੜੇ ਜਿੱਦਾਂ ਹੋਰ ਇੱਥੇ ਦੇ ਨੇੜੇ ਦੇ ਕੋਈ ਵਸਨੀਕ ਆ ਉਹਨਾਂ ਵੱਲੋਂ ਕੋਈ ਪ੍ਰੋਬਲਮ ਆਈ ਤੁਹਾਨੂੰ ਜੀ? ਨਹੀਂ ਸਰ ਜੀ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਬਹੁਤ ਅੱਛਾ ਮਤਲਬ ਲੱਗਦਾ, ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਈ। ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹਨਾਂ ਬਜ਼ੁਰਗਾਂ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਰ ਜੀ ਮੈਂ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਰ ਪਲੀਜ਼ ਕੋ ਵੀ ਆ ਨਾ ਆਪਣੇ ਮਾਂ ਬਾਪ ਦੀ ਕਦਰ ਕਰਨੀ ਚਾਹੀਦੀ ਆ, ਆਪਣੇ ਮਾਂ ਬਾਪ ਨੂੰ ਧੱਕੇ ਨਾ ਮਾਰੋ, ਉਹਨਾਂ ਦੀ ਰਿਸਪੈਕਟ ਕਰੋ ਕਿਉਂਕਿ ਆਪਾਂ ਵੀ ਬੁੱਢੇ ਹੋਣਾ ਹੈਗਾ, ਸਦਾ ਹੀ ਜਵਾਨ ਨਹੀਂ ਰਹਿਣਾ। ਬਸ ਮੈਡਮ ਜੀ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਆਪਣੇ ਬਜ਼ੁਰਗਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਹਰੇਕ 'ਤੇ ਖੜਿਆ ਹੈ, ਕਿਉਂਕਿ ਜੇ ਆਪਾਂ ਅੱਜ ਜਵਾਨ ਹਾਂ ਤਾਂ ਕੱਲ੍ਹ ਨੂੰ ਬਜ਼ੁਰਗ ਜ਼ਰੂਰ ਹੋਣਾ ਹੈ। ਇਸ ਕਰਕੇ ਸਾਨੂੰ ਇਹਨਾਂ ਸੰਸਥਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੋ ਵੀ ਸਾਡੇ ਬਜ਼ੁਰਗ ਹਨ ਉਹਨਾਂ ਨੂੰ ਪਿਆਰ ਦੇ ਨਾਲ ਉਹਨਾਂ ਦਾ ਜੋ ਬਣਦਾ ਮਾਣ ਇੱਜ਼ਤ ਘਰਾਂ ਵਿੱਚ ਹੀ ਦਿੱਤਾ ਜਾਵੇ ਤਾਂ ਕਿ ਇਹਨਾਂ ਆਸ਼ਰਮਾਂ ਦੀ ਲੋੜ ਨਾ ਪਵੇ। ਧੰਨਵਾਦ।